ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਨਵੇਲ, ਸੁਪਰੀਮ ਕੌਂਸਲ ਆਫ ਨਵੀਂ ਮੁੰਬਈ ਗੁਰਦੁਆਰਾ ਅਤੇ ਸਮੁੱਚੀ ਹੀ ਨਵੀਂ ਮੁੰਬਈ ਦੀ ਸਾਧ ਸੰਗਤ ਦੇ ਸਹਿਯੋਗ ਨਾਲ 3 ਦਿਨਾਂ ਗੁਰਮਤਿ ਸਮਾਗਮ ਉਲੀਕੇ ਗਏ, ਜਿੱਥੇ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਪ੍ਰਚਾਰਕਾਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਨੇ ਦੱਸਿਆ ਕਿ ਸਮਾਗਮ ਦੌਰਾਨ ਢਾਡੀ ਜਥੇ ਭਾਈ ਮੇਜਰ ਸਿੰਘ ਜੀ ਖਾਲਸਾ ਸੁਲਤਾਨਪੁਰ ਲੋਧੀ ਵਾਲੇ, ਰਾਗੀ ਜਥਾ ਭਾਈ ਕਿਸ਼ੋਰ ਸਿੰਘ ਜੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਾਲੇ, ਗਿਆਨੀ ਕਿਸ਼ਨ ਸਿੰਘ ਜੀ ਅੰਮ੍ਰਿਤਸਰ ਵਾਲੇ, ਭਾਈ ਗੁਰਨਾਮ ਸਿੰਘ ਜੀ GK ਦਿੱਲੀ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਉਹਨਾਂ ਨਵੀਂ ਮੁੰਬਈ ਦੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਅਤੇ ਪ੍ਰਚਾਰਕਾਂ, ਢਾਡੀ ਜਥਿਆਂ ਅਤੇ ਰਾਗੀ ਜਥਿਆਂ ਦਾ ਵੀ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰੂ ਨਾਨਕ ਦਰਬਾਰ ਨਿਊ ਪਨਵੇਲ ਔਰ ਸੁਪਰੀਮ ਕੌਂਸਲ ਨਵੀਂ ਮੁੰਬਈ, ਸਾਰੇ ਹੀ ਗੁਰਦੁਆਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ 3 ਦਿਨ ਦਾ ਸਮਾਗਮ ਵਿਸਾਖੀ ਦਾ ਰੱਖਿਆ ਸੀ, 325ਵਾਂ ਅੱਜ ਸੰਪੂਰਨ ਹੋਇਆ ਹੈ। ਸਾਰੇ ਹੀ ਗੁਰਦੁਆਰਾ ਸਾਹਿਬਾਨ ਦਾ ਔਰ ਸਾਰੀ ਹੀ ਸੰਗਤ ਦਾ ਅਸੀਂ ਨਿਊ ਪਨਵੇਲ ਗੁਰਦੁਆਰੇ ਵੱਲੋਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ, ਜਿਹਨਾਂ ਨੇ ਵੀ ਜੋ ਵੀ ਸੇਵਾ ਕੀਤੀ ਹੈ, ਜੋੜਿਆਂ ਦੀ ਸੇਵਾ, ਲੰਗਰ ਦੀ ਸੇਵਾ, ਸਟਾਲਾਂ ਦੀ ਸੇਵਾ, ਪਾਣੀ ਦੀ ਸੇਵਾ ਔਰ ਹੋਰ ਜੋ ਵੀ ਪ੍ਰਕਾਰ ਦੀ ਜਿਹਨਾਂ ਨੇ ਵੀ ਸੇਵਾ ਕੀਤੀ, ਉਹਨਾਂ ਸਾਰੇ ਹੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੀ। ਸਾਡੇ ਕੋਲ ਜੋ ਰਾਗੀ ਪਹੁੰਚੇ ਸਨ, ਕਿਸ਼ੋਰ ਸਿੰਘ ਜੀ ਨੰਦੇੜ ਸਾਹਿਬ ਵਾਲੇ, ਮੇਜਰ ਸਿੰਘ ਜੀ ਸੁਲਤਾਨਪੁਰ ਲੋਧੀ ਤੋਂ, ਕਿਸ਼ਨ ਸਿੰਘ ਜੀ ਕਥਾਵਾਚਕ ਅੰਮ੍ਰਿਤਸਰ ਤੋਂ, ਗੁਰਨਾਮ ਸਿੰਘ ਜੀ GK ਦਿੱਲੀ ਤੋਂ ਪਹੁੰਚੇ ਸਨ। ਉਹਨਾਂ ਨੇ ਤਿੰਨਾਂ ਹੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। 1699 ਦੀ ਵਿਸਾਖੀ ਦੇ ਦਿਹਾੜੇ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 5 ਪਿਆਰਿਆਂ ਨੂੰ ਮੁੜ ਤੋਂ ਸੁਰਜੀਤ ਕਰਕੇ ਖੰਡੇ ਬਾਟੇ ਦੀ ਪਹੁਲ ਛਕਾਈ ਅਤੇ ਉਪਰੰਤ ਉਹਨਾਂ ਪਾਸੋਂ ਆਪ ਖੰਡੇ ਬਾਟੇ ਦੀ ਪਹੁਲ ਛਕੀ, ਖਾਲਸੇ ਪੰਥ ਨੂੰ ਪ੍ਰਗਟ ਕੀਤਾ। ਸੋ ਸਮੁੱਚੀਆਂ ਹੀ ਪੰਥ ਖਾਲਸੇ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਨਵੀਂ ਮੁੰਬਈ ਦੀ ਸਾਧ ਸੰਗਤ ਨੇ ਰਲ ਮਿਲ ਕੇ 3 ਦਿਨ ਦੇ ਗੁਰਮਤਿ ਸਮਾਗਮ ਪਨਵੇਲ ਖੁੱਲ੍ਹੇ ਪੰਡਾਲਾਂ ਅੰਦਰ ਉਡੀਕੇ ਸਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ-ਕੋਟ ਧੰਨਵਾਦ, ਜੋ ਉਹਨਾਂ ਨੇ ਆਪ 3 ਹੀ ਦਿਨ ਇਹ ਸਮਾਗਮਾਂ ਦੀ ਸੇਵਾ ਸੰਗਤਾਂ ਤੋਂ ਕਰਵਾਈ ਹੈ। ਅਤੇ ਹੋਰ ਜਿੰਨਿਆਂ ਵੀ ਪ੍ਰਚਾਰਕਾਂ ਨੇ, ਰਾਗੀ ਢਾਡੀ ਜਥਿਆਂ ਨੇ ਸੇਵਾਵਾਂ ਨਿਭਾਈਆਂ ਹਨ, ਉਹਨਾਂ ਦਾ ਵੀ ਰੋਮ ਰੋਮ ਕਰਕੇ ਧੰਨਵਾਦ ਹੈ। ਜੇ ਸਾਡੀ ਪ੍ਰਬੰਧਕ ਕਮੇਟੀ ਪਾਸੋਂ ਇਹਨਾਂ 3 ਦਿਨਾਂ ਦੇ ਵਿੱਚ ਕੋਈ ਭੁੱਲ ਚੁੱਕ ਹੋਈ ਹੋਵੇ, ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਆਉਂਦੇ ਵਾਲੇ ਸਾਲਾਂ ਵਿੱਚ ਵੀ ਸੁਪਰੀਮ ਕੌਂਸਲ ਇਸੇ ਹੀ ਤਰ੍ਹਾਂ ਏਕਤਾ ਦੇ ਨਾਲ ਸਾਰੇ ਗੁਰਮਤਿ ਸਮਾਗਮ ਕਰਨਗੀਆਂ। ਆਪ ਜੀ ਦੀ ਅਸੀਸ ਬਖਸ਼ੋ ਜੀ, ਹੋਈਆਂ ਭੁੱਲਾਂ ਦੀ ਖਿਮਾ, ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।